ਰਾਮ ਸਰੂਪ ਅਨਖੀ ਦਾ ਨੋਵਲ ਗੇਲੋਦਾ 43 ਮੰਗ ਗੇਲੋ ਦੀ ਗੋਦੀ 2 ਸਾਲ ਦੀ ਕੁੜੀ ਸੀ ਮੁੜਕੇ ਜਵਾਕ ਨਹੀਂ ਹੋਇਆ ਕੁੜੀ 4 ਸਾਲ ਦੀ ਹੋਈ ਤਾਂ ਦਿਆਕਰ ਬਹੂ ਦਾ ਇਲਾਜ ਕਰਾਉਣ ਲੱਗੀ ਪਹਿਲਾ 1 ਸਾਲ ਤਾਂ ਨੂੰ ਸੱਸ ਪੁੱਛੋ ਮੰਡੀ ਫਿਰਦੀਆਂ ਰਹੀਆਂ ਉੱਥੇ ਇੱਕ ਸਿਆਣੀ ਬੁੜੀ ਸੀ ਉਹ ਗੇਲੋ ਦਾ ਢਿੱਡ ਮਲਦੀ ਪੇਣ ਨੂੰ ਕਾੜੇ ਦੱਸਦੀ ਬੁੜੀ ਨੇ ਕਈ ਪਰਹੇਜ਼ ਵੀ ਦੱਸੇ ਉਹਨੇ ਦੋ ਵਾਰੀ ਜਗਰੂਪ ਨੂੰ ਵੀ ਸੱਦਿਆ ਅੱਖਾਂ ਹੀ ਅੱਖਾਂ ਚੋਂ ਦੀ ਨਿਰਖ ਪਰਖ ਕੀਤੀ ਉਹਨੂੰ ਕੱਲੇ ਨੂੰ ਪਰਾਂ ਲਾ ਜਾ ਕੇ ਕੁਝ ਗੱਲਾਂ ਪੁੱਛੀਆਂ ਕੁਝ ਗੱਲਾਂ ਦਸੀਆਂ ਜਗਰੂਪ ਹਰ ਵਾਰ ਹੱਸਦਾ ਮੁਸਕਰਾਉਂਦਾ ਪਿੰਡ ਨੂੰ ਵਾਪਸ ਆ ਜਾਂਦਾ ਸੀ ਸਿਆਣੀ ਬੁੜੀ ਨੇ ਦਇਆਕੌਰ ਨੂੰ ਲੁੱਟਿਆ ਵੀ ਬਹੁਤ ਹਰ ਵਾਰ ਰੁਗ ਰੁਪਈਆਂ ਦਾ ਧਰਾ ਲੈਂਦੀ ਪਰ ਦਇਆਕੌਰ ਦੇ ਪੱਲੇ ਕੱਖ ਨਹੀਂ ਪਿਆ ਫਿਰ ਉਹ ਬਠਿੰਡੇ ਜਾਣ ਲੱਗੇ ਬਠਿੰਡੇ ਮਾਲ ਰੋਡ ਤੇ ਲੇਡੀ ਡਾਕਟਰ ਦਾ ਵੱਡਾ ਨਰਸਿੰਗ ਹੋਮ ਸੀ ਡਾਕਟਰ ਗੁਰਚਰਨ ਕੌਰ ਦੇ ਹੱਥ ਜੱਸ ਸੀ ਇਲਾਕੇ ਦੇ ਨੇਕਾਂ ਕੇਸ ਉਹਦੇ ਕੋਲ ਆਉਂਦੇ ਸੀ ਉਹਨੇ ਚੰਡੀਗੜ੍ਹ ਲੁਧਿਆਣੇ ਦੇ ਵਿਗੜੇ ਕੇਸ ਸਵਾਰੇ ਸੀ ਜ਼ੁਬਾਨ ਦੀ ਮਿੱਠੀ ਸੀ ਅੱਧਾ ਆਰਾਮ ਤਾਂ ਉਹ ਉਹਦੀਆਂ ਗੱਲਾਂ ਸੁਣ ਕੇ ਹੀ ਅਗਲੇ ਨੂੰ ਆ ਜਾਂਦਾ ਪਰ ਫੇਸ ਠੋਕ ਵਜਾ ਕੇ ਲੈਂਦੇ ਪੈਸੇ ਲੈਣ ਵੇਲੇ ਉਹਦੇ ਕੋਲ ਕੋਈ ਲਿਹਾਜ਼ ਨਹੀਂ ਸੀ ਪਰ ਐਨ ਹਿਸਾਬ ਕਿਤਾਬ ਕਰਕੇ ਪੈਸੇ ਲੈਂਦੇ ਠੱਗਦੀ ਨਹੀਂ ਸੀ ਅਗਲੇ ਨੂੰ ਪੂਰਾ ਜਚਾ ਦਿੰਦੇ ਇਲਾਜ ਸ਼ੁਰੂ ਕਰ ਦਿੰਦੇ ਆ ਸ਼ਫਾ ਵੈਗਰੂ ਦੇ ਹੱਥ ਹੈ ਉਹ ਸੱਚੇ ਪਾਤਸ਼ਾਹ ਦੇ ਗੁਰਚਰਨ ਕੌਰ ਨੇ ਦਇਆ ਕਰਨ ਨੂੰ ਆਖਿਆ ਸੀ ਗੇਲੂ ਦੇ ਸਾਰੇ ਟੈਸਟ ਹੋ ਚੁੱਕੇ ਸੀ ਐਕਸ-ਰੇ ਵੀ ਲਏ ਗਏ ਬਸ ਇੱਕ ਮੁੰਡਾ ਹੋ ਜੇ ਭੈਣ ਜੀ ਪਹਿਲਾਂ ਕੁੜੀ ਐ ਕੁੜੀ ਦਾ ਕੀ ਹੁੰਦਾ ਬਗਾਨਾ ਧਾਨਾ ਆਪਦੇ ਘਰ ਨੁੱਟ ਚੋ ਗਈ ਦਿਆਕਰ ਨੇ ਹੱਥ ਜੋੜੇ ਸੀ ਮੁੰਡਾ ਕੁੜੀ ਇਹ ਵੀ ਵਾਹਿਗੁਰੂ ਦੇ ਹੱਥ ਹੈ ਆਪਾਂ ਲਾਜ ਸ਼ੁਰੂ ਕਰਦੇ ਹਾਂ ਠੀਕ ਐ ਇੱਕ ਸਾਲ ਉਹ ਗੁਰਚਰਨ ਕੌਰ ਦੇ ਗਈਆਂ ਮਹਿੰਗੇ ਮਹਿੰਗੇ ਟੀਕੇ ਲੱਗਦੇ ਰਹੇ ਪੀਣ ਵਾਲੀਆਂ ਦਵਾਈਆਂ ਦਾ ਅੰਤ ਨਹੀਂ ਸੀ ਘੜੀ 'ਚ ਖਾਲੀ ਬੋਤਲਾਂ ਦੇ ਢੇਰ ਲੱਗਣ ਲੱਗੇ ਗੋਲੀਆਂ ਖਾ ਖਾ ਕੇ ਗੇਲੂ ਦਾ ਨੱਕ ਮੁੜ ਗਿਆ ਹਰ ਵੇਲੇ ਜੀ ਬੇਸਵਾਦ ਬਣੀ ਰਹਿੰਦੀ ਪਰ ਕੋਈ ਲਾਭ ਨਹੀਂ ਹੋਇਆ ਗੁਰਚਰਨ ਕਰਨੇ ਇੱਕ ਦਿਨ ਜਗਰੂਪ ਨੂੰ ਵੀ ਬੁਲਾਇਆ ਸੀ ਉਹਦੇ ਕੁਝ ਟੈਸਟ ਹੋਏ ਸੀ ਉਸ 'ਚ ਕੋਈ ਨੁਕਸ ਨਹੀਂ ਸੀ ਗੁਰਚਰਨ ਕੌਰ ਦਾ ਸੁਭਾਅ ਖੁੱਲਾ ਸੀ ਜਗਰੂਪ ਨੂੰ ਕਹਿਣ ਲੱਗੀ ਨਿਹਰਾਪੁਰਾ ਸਾਦਾਂ ਦੇ ਬਚਨਾਂ ਤੇ ਨਾ ਰਹੀਂ ਜਗਰੂਪ ਨੇ ਸ਼ਰਮ ਮੰਨੀ ਸੀ ਤੇਰੀਆਂ ਜਾਬਾਂ ਅੰਦਰ ਨੂੰ ਕਿਉਂ ਵੱਡੀਆਂ ਪਈਆਂ ਨੇ ਤੇਰੀ ਉਮਰ ਐਡੀ ਵੱਡੀ ਵੀ ਨਹੀਂ ਲੱਗਦੀ ਗੁਰਚਰਨ ਕੌਰ ਉਹਦੇ ਨਾਲ ਗੋਨ ਨਾਲ ਚਾਕ ਰਹੀ ਸੀ ਨਸ਼ਾ ਕਰਦਾ ਭੈਣ ਜੀ ਗਿੱਲੋ ਹੌਲੀ ਦੇ ਕੇ ਡਾਕਟਰ ਨੇ ਦੇ ਕੰਨ ਕੋਲ ਹੋ ਕੇ ਬੋਲੇ ਗੁਰਚਰਨ ਕੌਰ ਫਿਰ ਵੀ ਜਗਰੂਪ ਵੱਲ ਝਾਕਦੀ ਰਹੀ ਗਿੱਲੋ ਨੂੰ ਕਹਿਣ ਲੱਗੀ ਫਿਰ ਤਾਂ ਇਹ ਕਦੇ ਕਦੇ ਜਾਂ ਖਾਲੀ ਝੂਟਦਾ ਰਹਿੰਦਾ ਹੁੰਦਾ ਹੈ ਸਾਰੇ ਨਸ਼ੇ ਪੱਤਾ ਕਰਨ ਵਾਲੇ ਮੁੰਡਿਆਂ ਦਾ ਇਹੀ ਹਾਲ ਹੈ ਸਾਡਾ ਤਾਂ ਨਿੱਤ ਵਾ ਪੈਂਦਾ ਭਾਈ ਹੋਰ ਆ ਕੁੜੀ ਪਤਾ ਨਹੀਂ ਕਿ ਮਿੱਟ ਡ ਪੈ ਗਈ ਨਹੀਂ ਤਾਂ ਇਹ ਬਸ ਐ ਹੀ ਹੈ ਗਿੱਲੋ ਅੱਖਾਂ ਪੁੰਝ ਰਹੀ ਸੀ ਗੁਰਚਰਨ ਕੌਰ ਨੇ ਜਗਰੂਪ ਨੂੰ ਨੇੜੇ ਬੁਲਾਇਆ ਹੌਲੀ ਹੌਲੀ ਸਮਝਾਇਆ ਕਿ ਆਖਿਆ ਤੈਨੂੰ ਬੇਸਾਦਾਂ ਦੇ ਬਚਨਾਂ ਤੇ ਨਾ ਰਹੀ ਨਾਲੇ ਨਸ਼ਾ ਛੱਡਦੇ ਜਿੰਨਾ ਚਿਰ ਜਵਾਕ ਢਿੱਡ ਨਹੀਂ ਪੈਂਦਾ ਪੁੱਛਣ ਲੱਗੀ ਕੀ ਖਾਨਾ ਹੁੰਨਾ ਹੈ ਫੀਮ ਖਾਨਾ ਨਾ ਜੀ ਕੋਰੇਕਸ ਪੀਣਾ ਹੈ ਫੈਂਸੀ ਡ੍ਰਿਲ ਮੈਂ ਤਾਂ ਇਹ ਚੀਜ਼ਾਂ ਕਦੇ ਦੇਖੀ ਹੀ ਨਹੀਂ ਹੋਰ ਕੀ ਖਾਨਾ ਹੈ ਫਿਰ ਭੁੱਖੀ ਜੀ ਕਦੇ-ਕਦੇ ਜਾਂ दारू ਜੀ ਕਦੇ-ਕਦੇ ਘੱਟ ਕਰਦੇ ਐ ਕਿੱਡਾ ਸੋਹਣਾ ਸਰੀਰ ਹੈ ਤੇਰਾ ਕਿਉਂ ਗਾਲਦਾ ਗੁਰਚਰਨ ਕੌਰ ਨੇ ਬਹੁਤ ਪਿਆਰ ਨਾਲ ਸਮਝਾਇਆ ਚੰਗਾ ਜੀ ਛੱਡ ਦਿਨਾ ਬਸ ਸਭ ਕੁਝ ਸਭ ਤੋਂ ਵਧੀਆ ਨਸ਼ਾ ਦੱਸਾਂ ਤੈਨੂੰ ਉਹ ਕਰਿਆ ਕਰ ਗੁਰਚਰਨ ਕੌਰ ਖੁਦ ਵੀ ਮੁਸਕਰਾ ਪਈ ਬੰਦੇ ਦਾ ਸਭ ਤੋਂ ਵਧੀਆ ਨਸ਼ਾ ਉਹਦੀ ਤੀਵੀ ਹੈ ਐਦੂ ਉੱਤੇ ਦੀ ਕੋਈ ਨਸ਼ਾ ਨਹੀਂ ਕਿਵੇਂ ਜੀ ਤੂੰ ਥੋੜਾ ਜਿਹਾ ਬੁੱਧੂ ਵੀ ਹੈ ਕਹਿਣ ਲੱਗੀ ਗੁਰਮੇਲ ਤੂੰ ਆਪ ਹੀ ਆਪ ਹੀ ਸਮਝਾ ਪਈ ਇਹਨੂੰ ਦਇਆਕੁਰ ਦੂਰ ਪਰੇ ਬੈਂਚ ਤੇ ਬੈਠੀ ਜਿਵੇਂ ਅੱਖਾਂ ਨਾਲ ਹੀ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ ਹੋਵੇ ਜਗਰੂਪ ਨੂੰ ਤਾਂ ਕੀ ਪੁੱਛਣਾ ਸੀ ਉਹਨੇ ਬਸ ਵਿੱਚ ਗਿੱਲੂ ਨੂੰ ਵੀ ਕੋਈ ਗੱਲ ਨਹੀਂ ਪੁੱਛੀ ਵੀ ਡਾਕਟਰ ਨੇ ਕੀ ਕਹਿ ਰਹੀ ਸੀ ਅੰਗ 44ਵਾਂ ਦਿਆ ਕਰ ਪੋਤੇ ਨੂੰ ਤਰਸਦੀ ਮਰ ਗਈ ਅਸਲ ਚ ਤਾਂ ਉਹਨੂੰ ਇਹੀ ਵੱਡਾ ਚੋਰਾ ਸੀ ਆਖਦੀ ਹੁੰਦੀ ਸੂਬੇਦਾਰ ਕੱਲਾ ਸੀ ਫਿਰ ਮੇਰੇ ਇਕੱਲਾ ਜਗਰੂਪ ਸੀ ਰੱਬ ਇੱਕੋ ਪੁੱਤ ਦੇ ਦਿੰਦਾ ਬਹੂ ਨੂੰ ਤਾਂ ਗਾਹ ਤੂੰ ਨਾ ਤੁਖ ਦਾ ਰਹਿ ਜਾਂਦਾ ਲੜੀ ਜੁੜੀ ਰਹਿੰਦੀ ਜ਼ਮੀਨ ਘਰ ਚ ਰਹਿੰਦੀ ਹੁਣ ਖਬਰੇ ਕੋਈ ਬਗਾਨਾ ਪੁੱਤ ਕਿੱਥੋਂ ਦਾ ਆ ਕੇ ਬੈਠੂ ਆਹ ਤਨ ਪੁੱਤੀ ਵੱਜਣੇ ਇੱਕ ਦਿਨ ਏ ਮੇਰੇ RAM ਤੂੰ ਕੌਣ ਕੀਤੀਆਂ ਸਾਡੇ ਨਾਲ ਸਸ ਦੀਆਂ ਗੱਲਾਂ ਸੁਣ ਕੇ ਗੇਲੋ ਪਰਲ ਪਰਲ ਅੱਖੋਂ ਪਾਣੀ ਡੇਕਦੀ ਰਹਿੰਦੀ। ਕੁਦਰਤ ਸੀ ਉਹਦੇ ਆਪਣੇ ਵਾਸਤੇ ਗੱਲ ਨਹੀਂ ਸੀ। ਹਿੰਮਤ ਸਿੰਘ ਨੂੰ ਦੂਰਾ ਗਮ ਸੀ। ਇੱਕ ਗਮ ਲੜੀ ਨਾਲ ਲੜੀ ਨਾ ਜੁੜਨ ਦਾ, ਦੂਜਾ ਵੱਡਾ ਗਮ ਜਗਰੂਪ ਝੱਜ ਦਾ ਨਾ ਹਾਲ ਦਾ। ਪੜਿਆ ਉਹ ਨਹੀਂ, ਖੇਤੀ ਜਸਵਾਰ ਕੇ ਨਹੀਂ ਪਿਆ, ਭੁੱਖੀਆਂ ਖਾ ਖ ਆਪਣਾ ਸਰੀਰ ਗਾਲੀ ਜਾਂਦਾ। ਕਦੇ ਉਹ ਬਹੁਤ ਖਿਜ ਜਾਂਦਾ ਮਨ ਨਾਲ ਗੱਲਾਂ ਕਰਦਾ। ਪੋਤਾ ਨਾ ਹੋਣ ਦੀ ਕਹਾਣੀ ਤਾਂ ਗਈ ਕਿਧਰੇ ਜਗਰੂ ਜਗਰੂਪੀ ਜੇ ਨਾ ਜੰਮਦਾ। ਕੀ ਥੋੜਿਆ ਪਿਆ ਸੀ ਇਹਦੂ ਤਾਂ ਬੰਦਾ ਬੇਉਲਾਦ ਹੀ ਮਰ ਜਾਵੇ ਚੰਗਾ ਹਿੰਮਤ ਸਿੰਘਾ ਨਾ ਬੁੱਢਾ ਨਹੀਂ ਸੀ ਪਰ ਉਹਦੇ ਹੱਡ ਪ੍ਰਾਣ ਹਾਰੇ ਪਏ ਸੀ ਉਹ ਚਿੰਤਾ ਬਹੁਤ ਕਰਦਾ ਭਵੇਖ ਚੋਦੇ ਸਾਹਮਣੇ ਕੁਝ ਵੀ ਨਹੀਂ ਰਹਿ ਗਿਆ ਸੀ ਬਸ 80 ਕਿੱਲੇ ਜ਼ਮੀਨ ਹੀ ਜ਼ਮੀਨ ਵੱਡੀ ਗੱਲ ਦਇਆਕੁਰ ਨਹੀਂ ਸੀ ਤਾਂ ਕੁਝ ਵੀ ਨਹੀਂ ਸੀ ਤੀਵੀਂ ਨਾਲ ਹੀ ਸੰਸਾਰ ਹੁੰਦਾ ਹੈ ਦਇਆਕੁਰ ਬਗੈਰ ਉਹਦਾ ਸੰਸਾਰ ਘੁੱਪ ਹਨੇਰ ਸੀ ਉਹ ਜਿਉਂਦੀ ਸੀ ਤਾਂ ਤੀਵੀਂ ਪੁਰਸ਼ ਦੋਵੇਂ ਬੈਠ ਕੇ ਦੁੱਖ ਸੁੱਖ ਫਰੋੜ ਲੈਂਦੇ ਹੁਣ ਕਿਹਦੇ ਨਾਲ ਗੱਲ ਕਰਿਓ ਜਗਰੂਪ ਉਂਝ ਨਿਕਮਾ ਸੀ ਗੁਰਮੇਲ ਕੁਰ ਨੂੰ ਨਾਲ ਕੀ ਗੱਲ ਕਰਦਾ ਉਹ ਬਹੂ ਨੂੰ ਉਹਦੇ ਦੁੱਖਾਂ ਦੀ ਕੀ ਜਾਣਕਾਰੀ ਹੋ ਸਕਦੀ ਸੀ ਫਿਰ ਉਹ ਜਾਣਦਾ ਸੀ ਜਗਰੂਪ ਕਰਕੇ ਬਹੂ ਦਾ ਆਪਣਾ ਦੁੱਖ ਹੀ ਬਹੁਤ ਭਾਰੇ ਸੀ ਉਹ ਸਹੁਰੇ ਦਾ ਦੁੱਖ ਕਿੱਥੇ ਸੁਣਨ ਜੋਗੀ ਸੀ ਹਿੰਮਤ ਸਿੰਘ ਦਾ ਖੇਤੀ ਦੇ ਕੰਮ 'ਚ ਵੀ ਹੁਣ ਦਿਲ ਨਹੀਂ ਲੱਗਦਾ ਸੀ ਸਾਹਮਣੇ ਕੰਮ ਨੂੰ ਹੱਥ ਪਾਉਣ ਤੋਂ ਪਹਿਲਾਂ ਹੀ ਉਹਦਾ ਅੰਗ ਉਹਦੇ ਅੰਗਾਂ 'ਚ ਥੱਕੇਵਾ ਉਤਰ ਆਉਂਦਾ ਫਿਰ ਕੰਮ ਕਰਦਾ ਉਹ ਸੋਚਦਾ ਰਹਿੰਦਾ ਜਿਵੇਂ ਵਗਾਰ ਦਾ ਕੰਮ ਕਰਦਾ ਹੋਵੇ ਉਹਦੇ ਲਈ ਕੋਈ ਚਿੰਤਾ ਨਹੀਂ ਰਹਿ ਗਈ ਸੀ ਕਿ ਫਸਲ ਥੋੜੀ ਆਉਂਦੀ ਹੈ ਜਾਂ ਜ਼ਿਆਦਾ ਆਉਂਦੀ ਹੈ ਮੰਡੀ ਜਾ ਕੇ ਕਣਕ ਝੋਨੇ ਦਾ ਠੀਕ ਮੁੱਲ ਮਿਲਦਾ ਹੈ ਜਾਂ ਨਹੀਂ ਜੋ ਮਿਲ ਜਾਂਦਾ ਉਹਦੇ ਲਈ ਠੀਕ ਹੀ ਠੀਕ ਸੀ ਉਹਨੂੰ ਪੈਨਣ ਖਾਣ ਦਾ ਕੋਈ ਦਿਲਚਸਪੀ ਨਹੀਂ ਰਹਿ ਗਈ ਸੀ ਬਸ ਹੱਥ ਨੇ ਸ਼ਰਾਬ ਦੇ ਦੋ ਪੈਗ ਜ਼ਰੂਰ ਮਾਰਦਾ ਸ਼ਰਾਬ ਕੋਈ ਹੋਵੇ ਦੇਸੀ ਹੋਵੇ ਵਿਸਕੀ ਹੋਵੇ ਘਰ ਦੀ ਕੱਢੀ ਉਹਦੇ ਲਈ ਕੋਈ ਚੋਣ ਨਹੀਂ ਰਹਿ ਗਈ ਸੀ ਆਖਦਾ ਹੁੰਦਾ दारू ਹੋਵੇ ਕੋਈ ਹੋਵੇ ਦੋ ਪੈਗ ਪੀ ਕੇ ਬਸ ਸਿਰ ਤੇ ਠਿੱਕਰਾ ਜਾਂ ਮੁੱਦਾ ਵੱਜ ਜੇ ਉਹਨੇ ਦਿਆਕਰ ਮਰੀ ਤੋਂ 2 ਸਾਲਾਂ ਬਾਅਦ ਹੀ 8 ਦੇ 8 ਕਿੱਲੇ ਜ਼ਮੀਨ ਨਰੇਣੇ ਕੇ ਬਲਵੰਤ ਨੂੰ ਹਿੱਸੇ ਤੇ ਦੇ ਦਿੱਤੀ ਬਲਵੰਤ ਜਗਰੂਪ ਦਾ ਮਿੱਤਰ ਵੀ ਸੀ ਬਚਪਨ ਤੋਂ ਇਕੱਠੇ ਪੜੇ ਖੇਡੇ ਸੀ ਦੋਵਾਂ ਦੀ ਪੱਕੀ ਯਾਰੀ ਸੀ ਮਤ ਮਿਲਦੀ ਸੀ ਫਿਰ ਦੋਵਾਂ ਪਰਿਵਾਰਾਂ ਦਾ ਆਉਣ ਜਾਣ ਸੀ ਭਾਈਚਾਰਕਸਾਂ ਸੀ ਦੁੱਖ ਸੁੱਖ ਚ ਇਕ ਦੂਜੇ ਦੇ ਸ਼ਰੀਕ ਸੀ ਵੱਡੀ ਗੱਲ ਬਲਵੰਤ ਦੇ ਪਿਓ ਚੰਨਣ ਸਿੰਘ ਦੀ ਪਰਤੀ ਕਰਕੇ ਹੀ ਜਗਰੂਪ ਨੂੰ ਰਿਸ਼ਤਾ ਹੋਇਆ ਸੀ। ਉਹਨੇ ਮੋੜਾਂ ਵਾਲੇ ਤਿਰਲੋਚਨ ਨਾਲ ਜਈਆਂ ਠੋਕਮੀਆਂ ਗੱਲਾਂ ਕੀਤੀਆਂ ਬਸ ਉਹਨੂੰ ਬੰਨ ਕੇ ਬਿਠਾ ਲਿਆ। ਉਹ ਹਿੱਲਣ ਜੋਗਾ ਨਹੀਂ ਛੱਡਿਆ ਸੀ। ਰੁਪਈਆ ਦੇਣਾ ਮੰਨ ਕੇ ਹੀ ਘਰੋਂ ਨਿਕਲਿਆ। ਹਿੰਮਤ ਸਿੰਘ ਨੇ ਬਲਵੰਤ ਨੂੰ ਆਕੇ ਅੱਧਾ ਕਿੱਲਾ ਕੱਖ ਬਜਵਾਏ, ਹਾੜੀ ਵੀ ਤੇ ਸੋਹਣੀ ਵੀ। ਉਹਨਾਂ ਦੇ ਘਰ ਇੱਕ ਮੱਝ ਹਮੇਸ਼ਾ ਰਹਿੰਦੀ। ਬਾਕੀ ਸਭ ਡੰਗਰ ਪਸ਼ੂ ਵੇਚ ਦਿੱਤੇ ਸੀ। ਹਲਵਾਈ ਦਾ ਸੰਦ ਸੰਦੌੜਾ ਵੀ ਵਿਕਣ ਲੱਗਿਆ ਸੂਬੇਦਾਰ ਤਾਂ ਉੰਜ ਵੀ ਦੂਜਿਆਂ ਨੂੰ ਚੀਜ਼ਾਂ ਫੜਾਉਂਦਾ ਜਾਂਦਾ ਸੀ ਖਿਜ ਕੇ ਖੇਤੀ ਦੀਆਂ ਚੀਜ਼ਾਂ ਘਰੋਂ ਬਾਹਰ ਕਰੀ ਜਾਂਦਾ ਆਖਦਾ ਇਹ ਜੁਪੜਾ ਕਿਹੜਾ ਕਰੂਗਾ ਕਮਾਂਦੜੇ ਇੱਕ ਦਿਨ ਤਾਂ ਇਸ ਘਰ ਨਹੀਂ ਉੱਜੜਨਾ ਹੀ ਆ ਇੱਥੇ ਗਧੇ ਲਟਣਗੇ ਗਧੇ ਮੱਝ ਦਾ ਸਾਰਾ ਕੰਮ ਧੰਦਾ ਗੁਰਮੀਲ ਕੁਰ ਕਰਦੀ ਉਹੀ ਕੱਕ ਪਾਉਂਦੀ ਉਹੀ ਉਹਦਾ ਗੋਹਾ ਗੁੜਾ ਕਰਦੀ ਉਹੀ ਧਾਰ ਕੱਢਦੀ ਦੁੱਧ ਬਾਦ ਸੰਭਦੀ ਤੇ ਜਿਸ ਸਾਲ ਹਿੰਮਤ ਸਿੰਘ ਨੇ ਵਾਹੀ ਛੱਡੀ ਉਸੇ ਸਾਲ ਉਹਨੇ ਸੀਤੇ ਚਮਿਆਰ ਨੂੰ ਕੰਮ ਤੋਂ ਹਟਾਤਾ ਹੁਣ ਉਹਦੀ ਕੋਈ ਜ਼ਰੂਰਤ ਨਹੀਂ ਸੀ ਇਸ ਘਰ 'ਚ 12-13 ਸਾਲ ਦਾ ਇੱਕ ਨਵਾਂ ਮੁੰਡਾ ਰੱਖ ਲਿਆ ਕੀ ਤੂੰ ਖੇਤਾਂ 'ਚ ਮੱਝ ਨੂੰ ਚਾਰ ਕੇ ਲਿਆਉਂਦਾ ਚਾਰ ਕੇ ਕੀ ਲਿਆਉਂਦਾ ਬਸ ਉਹਨੂੰ ਫੇਰ ਤੋਰ ਲਿਆਉਂਦਾ ਮੱਝ ਦੇ ਹੱਡ ਪੈਰ ਮੁੱਕਲੇ ਹੋ ਜਾਂਦੇ ਫਿਰ ਫੇਰ ਤੁਰ ਕੇ ਘਰ ਦਾ ਨੀਰਾ ਦਾਣਾ ਚੰਗਾ ਖਾਂਦੀ ਚੰਗਾ ਦੁੱਧ ਦਿੰਦੀ ਜਗਰੂਪ ਪਹਿਲਾਂ ਵੀ ਕੰਮ ਦਾ ਡੱਕਾ ਨਹੀਂ ਤੋੜਦਾ ਸੀ ਜਦੋਂ ਵਾਹੀ ਛੱਡਤੀ ਫੇਰ ਤੋਂ ਜਮਾਈ ਲੰਡੇ ਚੋਰ ਤੇ ਹੋ ਗਿਆ ਹਿਮਤ ਸਿੰਘ ਹੋਰ ਵੀ ਦੁਖੀ ਰਹਿਣ ਲੱਗਿਆ ਖੇਤੀ ਛੱਡੀ ਨੂੰ 3 ਸਾਲ ਹੀ ਹੋਏ ਸੀ ਕਿ ਹਿਮਤ ਸਿੰਘ ਵੀ ਚਲਾਣਾ ਕਰ ਗਿਆ ਫਿਰ ਗੈਲੋਈ ਘਰ ਦੇ ਮਾਲਕਨ ਬਣ ਗਏ ਮੈਸੀ ਮੈਸ ਤੇ ਸਾਹਮਣੇ ਇਟ ਮੈਰਾਂ ਦਾ ਮੁੰਡਾ ਕੀਤੂ ਤੇ ਜਗਰੂਪ ਸਰਦਾਰਾਂ ਦਾ ਕਾਕਾ ਬਣਿਆ ਰਹਿਦਾ ਆਥਣ ਵੇਲੇ ਕਿਧਰੋਂ ਸ਼ਰਾਬ ਨਾਲ ਡੱਕ ਕੇ ਆਉਂਦਾ ਚੰਗਾ ਖਾਣ ਨੂੰ ਮੰਗਦਾ ਦਾਲ ਸਬਜ਼ੀ ਸਵਾਦ ਨਾ ਲੱਗਦੀ ਰੋਟੀ ਦੀ ਥਾਲੀ ਵਗਾ ਕੇ ਕੰਧ ਨਾਲ ਮਾਰਦਾ ਗੈਲੋ ਨੂੰ ਕੁੱਟਣ ਲੱਗਦਾ ਮਨਪ੍ਰੀਤ ਚੰਘਿਆੜਾ ਮਾਰਦੀ ਕਦੇ-ਕਦੇ ਉਹ ਕੁੜੀ ਦੇ ਵੀ ਦੋ ਲਾ ਦਿੰਦਾ ਦੈਨ ਚੇਪੇ ਉਹਨਾਂ ਦੇ ਘਰ ਨਿਤ ਦਾ ਕੰਜਰਖਾਨਾ ਸੀ ਫਿਰ ਉਹ ਆਥਣੇ ਨਿਤ ਗੇਲੋ ਤੋਂ दारू ਖਾਤਰ ਪੈਸੇ ਮੰਗਦਾ ਨਾ ਦਿੰਦੀ ਤਾਂ ਬੋਲਣ ਲੱਗ ਪੈਂਦਾ ਬੋਲਦਾ ਗੁੱਸੇ ਹੁੰਦਾ ਉਹਨੂੰ ਕੁੱਟ ਧਰਦਾ ਨਿਤ ਹੱਡ ਤੜਵਾਉਣ ਨਾਲੋਂ ਉਹਨੂੰ ਥੋੜੇ ਘਣੇ ਪੈਸੇ ਦੇ ਦਿੰਦੀ ਪੈਸਿਆਂ ਦੀ ਤੰਗੀ ਕਰਕੇ ਉਹ ਮੈਂਸ ਦਾ ਦੁੱਧ ਵੇਚਣ ਲੱਗ ਪਈ ਕਦੇ-ਕਦੇ ਜਗਰੂਪ ਢੋਲ ਵਾਲੇ ਤੋਂ ਸਿੱਧੇ ਹੀ ਪੈਸੇ ਫੜ ਲੈਂਦਾ ਤੜਕੇ ਫੀਮ ਖਾਦੇ ਬਗੈਰ ਜਗਰੂਪ ਤੋਂ ਮੰਜੇ ਤੋਂ ਉੱਠਿਆ ਨਹੀਂ ਜਾਂਦਾ ਸੀ ਉਸ ਸਵੇਰੇ ਜਾਗਣਸਾਰ ਪਹਿਲਾਂ ਪਾਣੀ ਦਾ ਗਲਾਸ ਮੰਗਦਾ ਫੀਮ ਦੀ ਗੋਲੀ ਗੋਲੀ ਦਾ ਆਕਾਰ ਦਿਨੋਂ ਦਿਨ ਵੱਧ ਰਿਹਾ ਸੀ ਗੇਲੋ ਇੱਕੋ ਜਿਹੀਆਂ ਉਂਗੋਲੀਆਂ ਬਣਾ ਕੇ ਡੱਬੀ 'ਚ ਰੱਖਦੀ ਫੀਮ ਘਟ ਅਸਰ ਕਰਦੀ ਤਾਂ ਗੇਲੋ ਨੂੰ ਅੱਖਾਂ ਕੱਢਦਾ ਵੀ ਉਹਨੇ ਗੋਲੀਆਂ ਛੋਟੀਆਂ ਕਰਤੀਆਂ ਕੁੱਟ ਤੋਂ ਡਰਦੀ ਅਗਲੇ ਦਿਨ ਹੀ ਕਿਸੇ ਵੇਲੇ ਬੈਠ ਕੇ ਗੋਲੀਆਂ ਦਾ ਆਕਾਰ ਵੱਡਾ ਥੋੜਾ ਵੱਡਾ ਕਰ ਦਿੰਦੀ ਰੋਟੀ ਵੇਲੇ ਤੱਕ ਫੀਮ ਦਾ ਅਸਰ ਘਟਣ ਲੱਗਾ ਭੁੱਕੀ ਦੀ ਤਲੀ ਮੂੰਹ 'ਚ ਪਾ ਕੇ ਉਤੋਂ ਦੀ ਪਾਣੀ ਪੀਂਦਾ ਮੁੰਡਾ ਪਾਈ ਭੁੱਖੀ ਪਾਣੀ ਦੀਆਂ ਘੁੱਟਾਂ ਭਰ-ਭਰ ਸਾਰੀ ਸੰਘੋਂ ਥੱਲੇ ਕਰੀ ਕਰ ਲੈਂਦਾ ਭੁੱਖੇ ਦਾ ਅਜਿਹਾ ਨਜ਼ਾਰਾ ਸੀ ਉਹ ਦੁਪਹਿਰ ਦੀ ਰੋਟੀ ਬੜੇ ਸਵਾਦ ਨਾਲ ਖਾਂਦਾ ਫਿਰ ਮੰਜਾ ਡਾ ਕੇ ਬੈਠਕ 'ਚ ਸੌਂ ਜਾਂਦਾ ਪਿਛਲੇ ਪੈਰ ਦੀ ਚਾਹ ਵੇਲੇ ਉੱਠਦਾ ਫੇਮ ਦੀ ਛੋਟੀ ਗੋਲੀ ਫੇਰ ਖਾਂਦਾ ਥੋੜੇ ਚਿਰ ਬਾਅਦ ਉਹਦੇ ਹੱਡ ਜੁੜਦੇ ਤਾਂ ਉਹ ਘਰੋਂ ਬਾਹਰ ਨਿਕਲਣ ਜੋਗਾ ਹੋ ਜਾਂਦਾ ਆਖਣ ਨੂੰ ਤਾਂ ਗੈਲੋ ਘਰ ਦੇ ਮਾਲਕਨ ਸੀ ਪਰ ਉਹਦੀ ਕੁੱਤਿਆਂ ਨਾਲੋਂ ਜੂਨ ਬੁਰੀ ਸੀ ਨਿਤ ਜਗਰੂਪ ਉਹਨੂੰ ਮਿੱਟੀ ਦੇ ਡਲਿਆਂਗ ਭੰਨ ਸੁੱਟਦਾ। ਉਹਦੀ ਜੇਬ 'ਚ ਪੈਸਾ ਨਹੀਂ ਰਹਿਣ ਦਿੰਦਾ ਸੀ ਤੇ ਮਨਪ੍ਰੀਤ ਚੌਥੀ ਜਮਾਤ 'ਚ ਪੜਦੀ ਸੀ। ਦਿਨੋਂ-ਦਿਨ ਵੱਡੀ ਹੁੰਦੀ ਜਾ ਰਹੀ ਸੀ ਉਹਨੂੰ ਕੁੜੀ ਦਾ ਕੋਈ ਚਾਰ ਨਹੀਂ ਸੀ, ਕੋਈ ਫਿਕਰ ਨਹੀਂ ਸੀ। ਕਦੇ ਵੀ ਉਹਨੇ ਕੁੜੀ ਨਾਲ ਪਿਓ ਵਾਂਗ ਲਾਡ ਨਹੀਂ ਕੀਤਾ। ਕਿੰਨੇ ਹੀ ਮਹੀਨਿਆਂ ਤੋਂ ਉਹਨਾਂ ਦੇ ਔਰਤ-ਮਰਦ ਵਾਲੇ ਸਬੰਧ ਨਹੀਂ ਰਹਿ ਗਏ ਸੀ। ਉਹ ਤਰਸਦੀ ਰਹਿੰਦੀ ਵੀ ਮਰਦ ਕੀ ਹੁੰਦਾ। ਇਕੱਲੀ ਬੈਠੀ ਉਹ ਵਕਤ ਨੂੰ ਝੂਰਦੀ। ਚੰਦਰੇ ਰਾਮੇ ਨਾਲ ਉਹਦੇ ਸਬੰਧ ਨਾ ਬਣਦੇ ਤਾਂ ਕਾਹਨੂੰ ਇਹਨਾਂ ਮੁਸੀਬਤਾਂ ਨੂੰ ਪਹੁੰਚਦੀ ਬਥੇਰੀ ਜ਼ਮੀਨ ਸੀ ਉਹਦੇ ਬਾਪ ਕੋਲ ਉਹ ਕਿਸੇ ਚੰਗੇ ਘਰ ਵਿਆਹੀ ਜੀ ਵਰੀ ਜਾਂਦੀ ਮੋਜਾਂ ਕਰਦੀ ਕੋਈ ਮਰਦਾਂ ਜਿਹਾ ਮਰਦ ਹੁੰਦਾ ਤਾਂ ਉਹਦੇ ਦਿਨ ਸੁਖਾਲੇ ਨਿਕਲਦੇ ਤਿੰਨ ਦਿਨਾਂ ਤੋਂ ਬਹੁਤ ਹੈਰਾਨ ਸੀ ਕਿ ਜਗਰੂਪ ਨੇ ਉਹ ਤੋਂ ਪੈਸੇ ਨਹੀਂ ਮੰਗੇ ਸੀ ਉਹ ਆਥਨ ਦੁਪਹਿਰ ਦੀ ਰੋਟੀ ਚੁੱਪ ਕਰਕੇ ਖਾ ਲੈਂਦਾ ਸੀ ਪਰ ਸ਼ਾਮ ਨੂੰ ਖਾਸਾ ਨੇਰਾ ਪਏ ਤਾਂ ਘਰ ਵੜਦਾ ਉਹਦੀ ਪੂਰੀ ਪੀਤੀ ਹੁੰਦੀ ਤਿੰਨ ਦਿਨਾਂ ਤੋਂ ਹੀ ਬਲਵੰਤ ਨੂੰ ਘਰ ਤੱਕ ਛੱਡ ਕੇ ਜਾਂਦਾ ਸੀ ਘਰ ਕੀ ਵਿਹੜੇ 'ਚ ਮੰਜੇ ਤੇ ਬਿਠਾ ਕੇ ਜਾਂਦਾ ਆਖਦਾ ਪਰਚਾਈ ਸਭ ਆਪਦੇ ਸਾਹਬ ਆਪਦੇ ਸਰਦਾਰ ਸਾਹਿਬ ਨੂੰ ਤੇ ਤੁਰ ਜਾਂਦਾ ਅੰਗ 45 ਜਦੋਂ ਦੀ ਹਿੰਮਤ ਸਿੰਘ ਨੇ ਜ਼ਮੀਨ ਬਲਵੰਤ ਨੂੰ ਹਿੱਸੇ ਤੇ ਦਿੱਤੀ ਸੀ ਮੁੜ ਕੇ ਬਦਲੀ ਨਹੀਂ ਹਰ ਸਾਲ ਹੀ ਉਹਨਾਂ ਕੋਲ ਹੁੰਦੀ ਹਿੰਮਤ ਸਿੰਘ ਫੌਜ ਚ ਰਿਆ ਹੋਣ ਕਰਕੇ ਕਾਨੂੰਨੀ ਬੰਦਾ ਸੀ ਜ਼ਮੀਨ ਦੇ ਗਰਦੌਰੀ ਆਪਣੇ ਨਾਂ ਕਰਾਉਂਦਾ ਪਹਿਲਾਂ ਗਰਦੌਰੀ ਹਿੰਮਤ ਸਿੰਘ ਦੇ ਨਾਂ ਹੁੰਦੀ ਸੀ ਹੁਣ ਗਰਦੌਰੀ ਜਗਰੂਪ ਸਿੰਘ ਦੇ ਨਾਂ ਹੋਣ ਲੱਗੇ ਹਾੜੀ ਸੋਨੇ ਪਟਵਾਰੀ ਆਪਣੀ ਭੇਟਾ ਲੈਂਦਾ ਸੀ ਪੈਸੇ ਜੇਬ ਚ ਪਾ ਕੇ ਤਸੱਲੀ ਦਿੰਦਾ ਲੈ ਭਾਈ ਹੁਣ ਪੱਕ ਪੱਕਾ ਕੰਮ ਹੋ ਗਿਆ ਕੋਈ ਵਾਹੀ ਬੀਜੀ ਜਾਵੇ ਜ਼ਮੀਨ ਤੇਰੇ ਨਾਂ ਰਹੂਗੀ ਕਦੇ ਕੀ ਰੌਲਾ ਪਵੇ ਤਾਂ ਮੈਂ ਹਾਜ਼ਰ ਹਾਂ ਜੱਟ ਜਾਣਦੇ ਹੁੰਦੇ ਕਿ ਪਟਵਾਰੀ ਜਗਨਨਾਥ ਨਹੀਂ ਬੋਲਦਾ ਉਹਦੀ ਜੇਬ ਚ ਪਏ ਨੋਟ ਬੋਲਦੇ ਕਿੰਨੇ ਹੀ ਦਿਨਾਂ ਤੋਂ ਆថਣ ਨੂੰ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਠੇਕੇ ਤੋਂ ਦੇਸੀ ਸ਼ਰਾਬ ਦੀ ਬੋਤਲ ਲੈ ਆਉਂਦੇ। ਬਲਵੰਤ ਦਾ ਡੰਗਰ ਪਸ਼ੂਆਂ ਵਾਲਾ ਬਾਹਰਲਾ ਘਰ ਸੀ। ਪਾਣੀ ਲੈ ਕੇ ਉੱਥੇ ਬੈਠ ਜਾਂਦੇ ਤੇ ਠੇਕੇ ਨਾਲ ਲੱਗਦੀ ਦੁਕਾਨ ਤੋਂ ਇਹ ਨਮਕੀਨ ਦਾ ਇੱਕ ਛੋਟਾ ਪੈਕੇਟ ਲੈ ਆਉਂਦੇ। ਕਦੇ ਅੱਡੇ ਤੋਂ ਗਰਮ-ਗਰਮ ਪਕਵਾਰਿਆਂ ਦਾ ਲਫਾਫਾ ਫੜ ਲੈਂਦੇ, ਕਦੇ ਬੋਤਲ ਬਲਵੰਤ ਲੈਂਦਾ, ਕਦੇ ਜਗਰੂ। ਜਗਰੂ ਕੋਲ ਨਗਦ ਪੈਸੇ ਕਦੇ ਵੀ ਨਹੀਂ ਹੁੰਦੇ ਸੀ ਤੇ ਬਲਵੰਤ ਨਹੀਂ ਠੇਕੇ ਦੇ ਕਰਿੰਦੇ ਨੂੰ ਕਿਹਾ ਹੋਇਆ ਸੀ। ਕਿ ਜਗਰੂਪ ਦੇ ਨਾਂ ਉਧਾਰ ਲਿਖ ਲਿਆ ਕਰੇ ਉਹਦੇ ਇਕੱਠੇ ਪੈਸੇ ਮਹੀਨੇ ਬਾਦ ਉਹ ਆਪ ਦੇ ਦਿਆ ਕਰੂਗਾ ਇੰਜ ਹਰ ਮਹੀਨੇ ਠੇਕੇ ਨੂੰ ਦਿੱਤੇ ਪੈਸੇ ਬਲਵੰਤ ਆਪਣੀ ਡਾਇਰੀ 'ਚ ਜਗਰੂਪ ਦੇ ਨਾਂ ਲਿਖ ਲੈਂਦਾ ਤੇ ਉਹਦੇ ਦਸਖਤ ਕਰਵਾ ਲੈਂਦਾ ਜਗਰੂਪ ਨੂੰ ਕੋਈ ਫਿਕਰ ਨਹੀਂ ਸੀ ਕੋਈ ਸ਼ੱਕ ਨਹੀਂ ਸੀ ਬਲਵੰਤ ਦੀ ਡਾਇਰੀ 'ਚ ਉਹਦੇ ਨਾਂ ਹਰ ਮਹੀਨੇ ਜੋ ਰਕਮ ਜਮ੍ਹਾਂ ਹੁੰਦੀ ਰਹਿੰਦੀ ਸੀ ਆਖਰ ਉਹਦਾ ਨਿਵੇੜਾ ਕਿਵੇਂ ਹੋਏਗਾ ਉਹਨੂੰ ਤਾਂ ਹਰ ਰੋਜ਼ दारू ਚਾਹੀਦੀ ਸੀ ਤੇ ਉਹ ਉਹਨੂੰ ਨਹੀਂ ਤਾਥਣੇ ਮਿਲ ਜਾਂਦੀ ਸੀ ਦਿਨ ਵੇਲੇ ਜਦੋਂ ਕਦੇ ਬਲਵੰਤ ਉਹਨਾਂ ਦੇ ਘਰ ਦੇ ਉਹਨਾਂ ਦੇ ਘਰ ਖੇਤੀ ਦੇ ਸਬੰਧ ਕੋਈ ਰਾਏ مشورہ ਕਰਨ ਆਉਂਦਾ ਤਾਂ ਗਿੱਲ ਉਹਦਾ ਧੰਨਵਾਦ ਕਰਦੀ ਕਿ ਉਹਨੇ ਆਪਣੇ ਮਿੱਤਰ ਨੂੰ ਠੀਕ ਸਮੇਂ ਤੇ ਸੰਭਾਲ ਲਿਆ ਨਹੀਂ ਤਾਂ ਕੀ ਪਤਾ ਹਨ ਵੇਲੇ ਉਹ ਕਿਹਦੇ ਕਿਹਦੇ ਕੋਲ ਵਹਿੰਦਾ ਸੀ ਲੋਕਾਂ ਦਾ ਕੀ ਹੈ ਉਹ ਤਾਂ ਕਿਤੇ ਤਈ ਸਿਖਾਉਣਗੇ ਤੇ ਜਾਂ ਇਹਨੂੰ ਬੁੱਧੂ ਟੋਲੇ ਨੂੰ ਲੁੱਟਣ ਆਖਣ ਲੁੱਟਣ ਖਾਣਗੇ ਆਖਦੀ ਇਹਨੂੰ ਚੜੀ ਲੱਥੀ ਦਾ ਕੋਈ ਪਤਾ ਨਹੀਂ ਪਾਈ ਕੋਈ ਇਹਨੂੰ ਕਿੰਨਾ ਧੋਖਾ ਦੇਈ ਜਾਵੇ ਇਹਨੂੰ ਪਤਾ ਨਹੀਂ ਲੱਗਦਾ ਇਹ ਤਾਂ ਅੱਗ ਸੁਆ ਖਾਨ ਮੁਖ ਰੱਖਿਆ ਵੇ ਹੁਣ ਤੇਰੇ ਨਾਲ ਬੰਦਾ ਉੱਠਦਾ ਹੈ ਹੁਣ ਮੈਨੂੰ ਇਹਦਾ ਦਾਲ ਫਿਕਰ ਨਹੀਂ ਸ਼ਾਬਾਸ਼ ਭਾਈ ਤੇਰੇ ਭਾਬੀ ਹੁਣ ਤੂੰ ਜਗਰੂਪ ਦੀ ਚਿੰਤਾ ਨਾ ਕਰਿਆ ਕਰ ਅਸੀਂ ਤਾਂ ਓਨੀ ਕੋਈ ਪੀਨੇ ਆ ਜਿੰਨੇ ਬਿਨਾਂ ਸਰਦਾ ਨਾ ਹੋਵੇ ਐਨੀ ਕੁ ਪੀਣੀ ਤਾਂ ਹੁਣ ਛੱਡ ਨਹੀਂ ਸਕਦਾ ਪਰ ਚੱਲ ਐਨੀ ਕੁ ਦਾ ਕੀ ਹੈ ਇਹ ਕੋਈ ਖਾਸ ਖਰਚ ਨਹੀਂ ਇਹਦਾ ਮੈਂ ਵੀ ਤਾਂ ਨਾਲ ਪੀਣਾ ਹੀ ਆ ਸ਼ਰਾਬ ਦਾ ਤਾਂ ਕੀ ਆ ਭਾਈ ਕਿੰਨੀ ਕੁ ਪੀ ਜਾਂਦਾ ਕੋਣ ਪਰ ਜਿਹੜਾ ਹੋਰ ਗੂੰਗਾਟਾ ਝੁਲਸਦਾ ਹੈ ਉਹਦਾ ਦੱਸ ਕੀ ਕਰੀਏ ਫੀਮੇਲ ਖਾਂਦਾ ਹੈ ਫਿਰ ਭੁੱਕੀ ਸ਼ੀਸ਼ੀਆਂ ਜਿਹਾ ਪੀ-ਪੀ ਸਿੱਟੀ ਜਾਂਦਾ ਹੈ ਇਹ ਚੀਜ਼ਾਂ ਮਾੜੀਆਂ ਨਹੀਂ ਖੈਰ ਮੈਂ ਤਾਂ ਗੁਰਮੇਲ ਕੋਰੇ ਬਹੁਤ ਸਮਝਾਉਂਦਾ ਰਹਿਣਾ ਇਹਨੂੰ ਪਰ ਪੱਟੂ ਪੀਰ ਹਰ ਵੇਲੇ ਬਾਦਸ਼ਾਹ ਬਣਿਆ ਰਹਿੰਦਾ ਪਤਾ ਨਹੀਂ ਕਿੱਥੋਂ ਜਿੰਬੜ ਗਿਆ ਇੱਕ ਸੂਤੀਆਂ ਤੇ ਤਾ ਇਹਨੂੰ ਹੁਣ ਉਹਨਾਂ ਨੇ ਇੱਕ ਹੋਰ ਆਦਤ ਪਾਲ ਰੱਖੀ ਸੀ ਆਥ ਨੇ ਨੇਰੇ ਹੋਏ ਜਦੋਂ ਬਲਵੰਤ ਉਹਨੂੰ ਘਰ ਛੱਡਣਾਉਂਦਾ ਤਾਂ ਉੱਥੇ ਹੀ ਬੈਠ ਜਾਂਦਾ ਚਾਹੇ ਕਿੰਨੀ ਪੀਤੀ ਹੁੰਦੀ ਜਗਰੂ ਪਾਪੀ ਉਹਨੂੰ ਬੈਠਣ ਲਈ ਉਹਦਾ ਹੱਥ ਫੜਦਾ ਰਹਿੰਦਾ ਇੱਕ ਤਰ੍ਹਾਂ ਨਾਲ ਉਹਨੂੰ ਮਜਬੂਰ ਕਰਦਾ ਹਾਕ ਮਾਰ ਕੇ ਉਹਗੇਲੇ ਤੋਂ ਪਾਣੀ ਮੰਗਵਾਉਂਦਾ ਤਾਂ ਉਹ ਇੱਕ ਇੱਕ ਪੈਗ ਹੋਰ ਪੀਂਦੇ ਬਲਵੰਤ ਬੋਤਲ ਚ ਬਚੀ ਪਉਆ ਕੇ ਸ਼ਰਾਬ ਨਾਲ ਲੈ ਕੇ ਆਉਂਦਾ ਸੀ ਜਿਵੇਂ ਉਹ ਜਾਣ ਬੁੱਝ ਕੇ ਹੀ ਓਂ ਕਰਦਾ ਹੋਵੇ ਸਿਆਲਾਂ ਦੇ ਦਿਨ ਸੀ ਇੱਕ ਆਥਣ ਉਹ ਜਗਰੂਪ ਦੀ ਬੈਠਕ 'ਚ ਹੀ ਪੀ ਰਹੇ ਸੀ ਦੋਵੇਂ ਸੀ ਤੀਜਾ ਕੋਈ ਨਹੀਂ ਸੀ ਚੁੱਲ੍ਹੇ ਬੱਕਰੇ ਦਾ ਮਾਸ ਰਿਜ ਰਿਆ ਸੀ ਹਵਾ 'ਚ ਤਿੱਖੇ ਮਸਲ ਮਸਾਲੇ ਦੀ ਸੁਲੂਣੀ ਮਹਿਕ ਖੋਲ ਗਈ ਸੀ ਅਜਿਹੀ ਮਹਿਕ ਨੱਕ ਦੇ ਨੇੜੇ ਹੋਵੇ ਤਾਂ ਢਿੱਡ 'ਚ ਤਿੱਖੀ ਭੁੱਖ ਦੇ ਗਰੂਲੇ ਉੱਠਣ ਲੱਗਦੇ ਆ ਹਾਜ਼ਮਾ ਪਾਫਾਂ ਛੱਡਣ ਲੱਗਦਾ ਹੈ ਦੋ ਦੋ ਪੈਗ ਮਾਰ ਕੇ ਬਾਦ ਅੱਧ ਕੱਚੇ ਮਾਸ ਦੀਆਂ ਹੱਡੀਆਂ ਚੂਸਣ ਲੱਗ ਪਏ ਮਨਪ੍ਰੀਤ ਬਿੰਦੇ ਛੱਟੇ ਉਹਨਾਂ ਕੋਲ ਗੇੜਾ ਮਾਰਦੀ ਤਾਂ ਜਗਰੂਪ ਨੂੰ ਪਾਪਾ ਜੀ ਪਾਪਾ ਜੀ ਤੇ ਬਲਵੰਤ ਨੂੰ ਤਾਇਆ ਜੀ ਤਾਇਆ ਜੀ ਆਖਦੇ ਫਿਰਦੇ ਬਲਵੰਤ ਨੇ ਇੱਕ ਵਾਰ ਉਹਨੂੰ ਮਿੱਠਾ ਮਿੱਠਾ ਛਿੜਕਿਆ ਕੁੜੀਏ ਚਾਚਾ ਆਖ ਮੈਂ ਤੈਨੂੰ ਤਾਇਆ ਜੀ ਲੱਗਦਾ ਮੈਂ ਤਾਂ ਭਾਈ ਚਾਚਾ ਆ ਤੇਰਾ ਤੇ ਫਿਰ ਕੁੜੀ ਉਹਨੂੰ ਚਾਚਾ ਜੀ ਆਖਣ ਲੱਗੀ ਬਲਵੰਤ ਖੁਸ਼ੀ ਕੁੜੀ ਨੇ ਗੱਲ ਅੰਦਰ ਰਸੋਈ 'ਚ ਜਾ ਕੇ ਆਪਣੀ ਮੰਮੀ ਨੂੰ ਦੱਸੀ ਤਾਂ ਉਹ ਹੱਸਣ ਲੱਗੇ ਗੱਲ ਸੁਣ ਕੇ ਉਹਦੇ ਅੰਦਰ ਮਸਾਲੇਦਾਰ ਮਹਿਕ ਜੀ ਇੱਕ ਤਿੱਖੀ ਜਲੂਨ ਉੱਠੀ ਸੀ ਗਹਿਰਾ ਸੋਚਿਆ ਬਲਵੰਤ ਚਾਚਾ ਕਾਦੀ ਖਾਤਰ ਬਣਦਾ ਫਿਰਦਾ। ਉਸ ਦਿਨ ਬਲਵੰਤ ਦੇ ਮਨ 'ਚ ਸ਼ਰਾਰਤ ਸੀ। ਮੀਠ ਪੂਰੀ ਤਰ੍ਹਾਂ ਬਣ ਚੁੱਕਿਆ ਸੀ। ਛੰਨਾ ਭਰ ਕੇ ਤੇ ਵਿੱਚ ਦੋ ਚਮਚੇ ਰੱਖ ਕੇ ਉਹ ਬੈਠਕ ਚਾਈ। ਮਨਪ੍ਰੀਤ ਆਉਂਦੀ ਤਾਂ ਉਹ ਫਿਰ ਵੀ ਨਿਆਣੀ ਸੀ। ਤੱਤਾ ਛੰਨਾ ਪੈਰਾਂ ਤੇ ਡੇਗ ਲੈਣਾ ਸੀ। ਉਦੋਂ ਤੱਕ ਉਹ ਦੋਵੇਂ ਪੂਰੇ ਨਸ਼ੇ 'ਚ ਸੀ। 4-4 ਪੈਗ ਹਲਕਿਆਂ ਵਾਂਗ ਅੰਦਰ ਸੁੱਟ ਚੁੱਕੇ ਸੀ ਤੇ ਪਰ ਬਲਵੰਤ ਕੁਝ ਸੁਰਤ ਨਾਲ ਸੀ ਛੰਨਾ ਲਿਆ ਕੇ ਗੇਲੋ ਨੇ ਮੇਜ਼ ਤੇ ਰੱਖਿਆ ਤਾਂ ਬਲਵੰਤ ਨੇ ਉਹਦੀ ਪੋਲੀ ਜੀ ਬਾਂ ਘੁੱਟਤੀ। ਉਸ ਵਕਤ ਜਗਰੂਪ ਤਾਂ ਛੱਤ ਵੱਲ ਚਾਹ ਕਰ ਰਿਹਾ ਸੀ ਬਲਵੰਤ ਨਾਲ ਦੀ ਨਾਲ ਬੋਲਿਆ ਵੀ ਸੀ। ਬਾਣੀ ਸੇਵਾ ਜੀ ਕਰਦੀ ਫਿਰਦੀਆਂ ਭਾਬੀ। ਟਿੱਕੇ ਬੈਠੇ ਵੇ ਮੰਦਿਆਂ ਨੂੰ ਗੇਲੋ ਨੇ ਉਹਦੇ ਡੋਲੇ ਦਾ ਮਾਸ ਤੇ ਖੀਚੂਂਡੀ ਵੱਢ ਕੇ ਜਿਵੇਂ ਖਾ ਲਿਆ ਹੋਵੇ। ਬਲਵੰਤ ਤੋਂ ਚੀਕ ਨਹੀਂ ਵੱਜੀ ਨਹੀਂ ਤਾਂ ਦਰਦ ਦੀ ਕਸਰ ਕੋਈ ਨਹੀਂ ਸੀ। ਉੱਖਾ ਸਾਚਿਰ ਆਪਣੇ ਡੋਲੇ ਨੂੰ ਦੂਜੇ ਹੱਥ ਨਾਲ ਘੁੱਟ ਕੇ ਬੈਠਾ ਰਿਹਾ। ਛੰਨੇ ਦਾ ਮਾਸ ਠੰਡਾ ਹੋਈ ਜਾਂਦਾ ਸੀ। ਉਹਨੇ ਜਗਰੂਪ ਦੇ ਗੋਡੇ ਨੂੰ ਹੱਥ ਲਾ ਕੇ ਜਿਵੇਂ ਘੂੜੀ ਨੀਂਦ ਚੋਂ ਜਗਾਇਆ। ਜੁਪਾ ਅੱਖਾਂ ਮਿੱਟੀ ਬੈਠਾ ਸੀ ਸੱਚਮੁੱਚ ਸੌਂ ਗਿਆ ਸੀ। ਉਹਨਾਂ ਨੇ ਇੱਕ ਪੈਗ ਹੋਰ ਪਾਇਆ ਤੇ ਬਲਵੰਤ ਨੇ ਬੋਤਲ ਨੂੰ ਕੱਸ ਕੇ ਢੱਕਣ ਲਾ ਦਿੱਤਾ। ਪੈਗ ਪੀ ਕੇ ਉਹ ਛੰਨੇ ਦਾ ਮਾਲ ਸਿਮੇਟਣ ਲੱਗੇ। ਗੈਲੋ ਪਹਿਲਾਂ ਪੁੰਚ ਕੇ ਗਈ ਫਿਰ ਮੀਟਦੀਆਂ ਦੋ ਕਾਲੀਆਂ ਰੱਖ ਕੇ ਇੱਕੋ ਥਾਲੀ 'ਚ ਰੋਟੀਆਂ ਧਰ ਲਈ ਆਈ ਉਹ ਰੋਟੀ ਖਾਣ ਲੱਗੇ ਜਗਰੂਪ ਇੱਕ ਰੋਟੀ ਖਾ ਕੇ ਹੱਥ ਖੜਾ ਕਰ ਗਿਆ ਬਲਵੰਤ ਨੇ ਰੱਜ ਕੇ ਰੋਟੀ ਖਾਧੀ ਉਹ ਪਾਣੀ ਦਾ ਡੋਲੂ ਤੇ ਦੋ ਖਾਲੀ ਗਲਾਸ ਵੀ ਧਰ ਗਏ ਸੀ ਜਗਰੂਪ ਉੱਥੇ ਮੰਜੇ ਤੇ ਟੇਡਾ ਹੋ ਗਿਆ ਉਹਦਾ ਇੰਨਾ ਹੀ ਮਾਜਣਾ ਸੀ ਪਾਣੀ ਪੀ ਕੇ ਹੱਥ ਧੋ ਕੇ ਬਲਵੰਤ ਵਿਹੜੇ 'ਚ ਛਿਟੀਆਂ ਦੇ ਢੇਰ ਪਿੱਛੇ ਪਿਸ਼ਾਬ ਕਰਨ ਚਲਾ ਗਿਆ ਗੇਲੋ ਨੂੰ ਉਹਦਾ ਪਤਾ ਨਹੀਂ ਸੀ ਉਧਰ ਛਿਟੀਆਂ ਦੀ ਥੱਬੀ ਲੈਣ ਗਏ ਬਲਵੰਤ ਮੁੜਨ ਲੱਗਿਆ ਤਾਂ ਦੋਵੇਂ ਦੋਵਾਂ ਹੱਥਾਂ 'ਚ ਛਟੀਆਂ ਫੜੀ ਉਹਨੂੰ ਸਿੱਧਾ ਮੁਖਾਤਬ ਹੋਈ ਕਿਉਂ ਵੇ ਚਾਚਾ ਬਣਦਾ ਫਿਰਦਾ ਕੀ ਸਲਾਹ ਤੇਰੀ ਨਹੀਂ ਭਾਬੀ ਤਾਇਆ ਅੱਖੇ ਤੋਂ ਬੰਦਾ ਬੁਢਾ ਜਾਂ ਲੱਗਣ ਲੱਗਦਾ ਹੈ ਚਾਚਾ ਅਖਵਾ ਕੇ ਜਵਾਨ ਜਿਹਾ ਹੋ ਜਾਈਦਾ ਹੋਰ ਤਾਂ ਕੋਈ ਗੱਲ ਨਹੀਂ ਜਵਾਨਾਂ ਵਾਲੀ ਜਾਨ ਹੈਗੀ ਤੇਰੇ 'ਚ ਬਥੇਰੀ ਹੈ ਲਾ ਮੱਥਾ ਜਾ ਵੇ ਜਾ ਵੱਡਾ ਆ ਜਵਾਨ ਹੀ ਗੇਲੋਂ ਨੇ ਸੰਗ ਦਾ ਥੁੱਕ ਅੰਦਰ ਲੰਗਾ ਆ ਮਨਪ੍ਰੀਤ ਰੋਟੀ ਖਾ ਕੇ ਕਦੋਂ ਦੀ ਸੌ ਚੁੱਕੀ ਸੀ ਜਗਰੀ ਜਗਰੂਪ ਦੀ ਬੈਠਕ ਵਿੱਚ ਘੁੜਾੜੇ ਵੱਜ ਰਹੇ ਸਨ ਗਿੱਲੋ ਦੇ ਉੱਤੇ ਖੇਸਦੇ ਆਏ ਤੇ ਬਲਵੰਤ ਦਾ ਹੱਥ ਫੜ ਕੇ ਉਹਨੂੰ ਸਬਾਤ ਅੰਦਰ ਲੈ ਗਏ ਧੰਨਵਾਦ ਚਲ